ਦੋਸਤੋ ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਜਿੰਦਾਬਾਦ ਚੈਨਲ ਅਤੇ ਮੈਂ ਮਨਿੰਦਰਜੀਤ ਸਿੱਧੂ। ਅੱਜ ਅਸੀਂ ਪਹੁੰਚੇ ਹਾਂ ਗਾਜ਼ੀਪੁਰ ਬਾਰਡਰ 'ਤੇ। ਗਾਜ਼ੀਪੁਰ ਬਾਰਡਰ ਸਭ ਤੋਂ ਵੱਧ ਚਰਚਾ ਦੇ ਵਿੱਚ ਆਇਆ 26 ਤਰੀਕ ਤੋਂ ਬਾਅਦ। ਪਹਿਲਾਂ ਇੱਥੇ ਗਿਣਤੀ ਕਿਹਾ ਜਾਂਦਾ ਸੀ ਕਿ ਘੱਟ ਹੁੰਦੀ ਸੀ ਬਾਕੀ ਬਾਰਡਰਾਂ ਮੁਕਾਬਲੇ, ਪਰ ਅੱਜ ਜੇਕਰ ਅਸੀਂ ਗੱਲ ਕਰੀਏ ਤਾਂ ਗਾਜ਼ੀਪੁਰ ਬਾਰਡਰ ਵੱਡੀ ਗਿਣਤੀ ਦੇ ਵਿੱਚ, ਵੱਡੀ ਤਾਦਾਦ ਦੇ ਵਿੱਚ ਕਿਸਾਨ ਇੱਥੇ ਪਹੁੰਚੇ ਆ। ਤਸਵੀਰਾਂ ਤੁਹਾਨੂੰ ਦਿਖਾਉਣੇ ਆ, ਕਿਸਾਨ ਬੈਠੇ ਆ, ਵੱਖ ਵੱਖ ਸਟੇਟਾਂ ਤੋਂ ਆਏ ਕਿਸਾਨ ਇਸ ਮੋਰਚੇ ਦੇ ਉੱਪਰ ਡਟੇ ਹੋਏ ਅਤੇ ਇਸ ਮੋਰਚੇ ਦਾ ਸਮਰਥਨ ਕਰ ਰਹੇ ਆ। ਇੱਧਰ ਤਸਵੀਰਾਂ ਅਗਰਾਹਾਂ ਜਥੇਬੰਦੀ ਵੱਡੀ ਗਿਣਤੀ ਦੇ ਵਿੱਚ ਇਸ ਅੰਦੋਲਨ ਦੇ ਵਿੱਚ ਸ਼ਮੂਲੀਅਤ ਕਰਨ ਆਈ ਆ ਆਪਣੇ ਪ੍ਰਧਾਨ ਜੋਗਿੰਦਰ ਸਿੰਘ ਅਗਰਾਹਾਂ ਦੀ ਅਗਵਾਈ ਦੇ ਵਿੱਚ। ਤੁਸੀਂ ਝੰਡੇ ਦੇਖੋ, ਝੰਡਿਆਂ ਜਿਹੜੇ ਅਗਰਾਹਾਂ ਜਥੇਬੰਦੀ ਦੇ ਆ ਹੱਥ ਖੜ੍ਹੇ ਹੋਏ ਆ, ਨੌਜਵਾਨ ਬਜ਼ੁਰਗ ਔਰਤਾਂ ਵੱਡੀ ਗਿਣਤੀ ਵਿੱਚ ਪਹੁੰਚੀਆਂ। ਇਹ ਇੱਥੇ ਇਹੀ ਸਬੂਤ ਦੇਣ ਆਏ ਆ, ਇੱਥੇ ਇਹੀ ਗੱਲ ਕਰਨ ਆਏ ਆ ਕਿ ਜਿਹੜੀ ਸਰਕਾਰ ਚਾਹੁੰਦੀ ਸੀ ਕਿ ਡਿਵਾਈਡ ਐਂਡ ਰੂਲ, ਪਾੜੋ ਅਤੇ ਰਾਜ ਕਰੋ, ਉਹ ਦੂਰ ਕੀਤੀ ਜਾਵੇ। ਪਾੜੋ ਅਤੇ ਰਾਜਨੀਤੀ ਦੀ ਕਰੋ ਦੀ ਰਾਜਨੀਤੀ ਤੋਂ ਪਾਸੇ ਰੱਖ ਕੇ ਹਰੇਕ ਪੰਜਾਬ ਦੀਆਂ, ਬਾਕੀ ਸੂਬਿਆਂ ਦੀਆਂ ਜਥੇਬੰਦੀਆਂ, ਬਾਕੀ ਸੂਬਿਆਂ ਦੇ ਕਿਸਾਨ ਇਸ ਮੋਰਚੇ ਦੀ ਹਮਾਇਤ ਲਈ ਪਹੁੰਚੇ ਆ। ਤਸਵੀਰਾਂ ਤੁਸੀਂ ਦੇਖ ਰਹੇ ਹੋ, ਤਸਵੀਰਾਂ ਦੇ ਵਿੱਚ ਤੁਹਾਨੂੰ ਕੋਈ ਧਰਮ, ਕੋਈ ਜਾਤ, ਕੋਈ ਮਜ਼ਹਬ ਨਹੀਂ ਦਿਖਾਈ ਦੇਵੇਗਾ, ਦਿਖੇਵੇਗਾ ਤਾਂ ਸਿਰਫ ਕਿਸਾਨ ਦਿਖਾਈ ਦੇਵੇਗਾ। ਟਰਾਲੀਆਂ ਦੇ ਵਿੱਚ ਪਏ ਆ ਯੂਪੀ ਦੇ ਕਿਸਾਨ, ਨਾਅਰੇਬਾਜ਼ੀ ਕਰ ਰਹੇ ਆ, ਪੰਜਾਬ ਤੋਂ ਆਏ ਕਿਸਾਨ ਹਮਾਇਤ ਦੇ ਵਿੱਚ ਆਏ ਆ। ਅੱਜ ਇਹ ਸਾਰੇ ਕਿਸਾਨ ਇਸ ਮੋਰਚੇ ਦੀ ਹਮਾਇਤ ਦੇ ਵਿੱਚ ਆਏ ਆ। ਤੁਸੀਂ ਲਗਾਤਾਰ ਤੁਹਾਨੂੰ ਅਸੀਂ ਤਸਵੀਰਾਂ ਦਿਖਾਉਂਦੇ ਹਾਂ, ਹੁਣ ਅਸੀਂ ਗੱਲਬਾਤ ਵੀ ਕਰਾਂਗੇ, ਗੱਲਬਾਤ ਕਰਾਂਗੇ ਅਸੀਂ ਬਾਕੀ ਸੂਬੇ ਦੇ ਕਿਸਾਨਾਂ ਦੇ ਨਾਲ। ਇਹ ਤਸਵੀਰਾਂ ਤੁਸੀਂ ਦੇਖੀਆਂ, ਇੱਥੇ ਨੌਜਵਾਨ ਬੈਠੇ ਆ, ਕਿਸਾਨ ਬੈਠੇ ਆ। ਹਾਂਜੀ, ਕਹਾਂ ਸੇ ਆਏ ਹੋ ਆਪ? ਅਲੀਗੜ੍ਹ। ਯੂਪੀ? ਯੂਪੀ। ਯੂਪੀ ਕਬ ਆਏ, ਕਿਉਂ ਲਗਾ ਕਿ ਅਬ ਆਉਣਾ ਚਾਹੀਏ? ਇਨਸੇ ਬਾਤ ਕਰੇਂ, ਕਬ ਆਏ ਔਰ ਕਿਉਂ ਲਗਾ ਕਿ ਅਬ ਆਉਣਾ ਚਾਹੀਏ? ਜੀ, ਇਹ ਕਿਸਾਨ ਯੂਨੀਅਨ ਬਿਲ ਕੇ ਲਈ ਆਏ ਹਮ। ਜਿਸ ਦਿਨ 26 ਤਾਰੀਖ ਕੋ ਯਹਾਂ ਪੇ 200 ਜਾਂ 250 ਆਦਮੀ ਰਹਿ ਗਏ ਥੇ ਕਿ ਰਾਕੇਸ਼ ਟਿਕੇ ਸਾਹਿਬ ਅਕੇਲੇ ਥੇ ਤੋ ਪੁਲਿਸ ਜ਼ਿਆਦਾ ਥੀ ਯਹਾਂ ਪੇ। ਹਾਂ ਜੀ, ਇਸ ਵਜ੍ਹਾ ਸੇ ਹਮਨੇ 27 ਤਾਰੀਖ ਕੋ ਸਵੇਰ ਕੋ ਘਰ ਸੇ ਨਿਕਲੇ, ਹਮਨਾ ਕਬ ਚਲਤੇ ਹੈਂ। ਠੀਕ ਹੈ, ਇਸ ਵਜ੍ਹਾ ਸੇ। ਅਬ ਕੈਸਾ ਮਾਹੌਲ ਹੈ ਯੂਪੀ ਮੇ ਅਬ ਇਸ ਅੰਦੋਲਨ ਕੋ ਲੈ ਕੇ, ਪਹਿਲੇ ਸੇ ਔਰ ਅਬ ਸੇ ਕਿਆ ਫਰਕ ਪੜਾ? ਅਬ ਸਾਰੇ ਕਿਸਾਨ ਇੱਕ ਜੁੱਟ ਹੋ ਗਏ ਹੈ। ਯੂਪੀ ਕਾ, ਪੰਜਾਬ ਕਾ, ਹਰਿਆਣੇ ਕਾ, ਸਭ ਕਿਸਾਨ ਏਕ ਹੈ। ਬਸ ਤੀਨੋਂ ਕਾਰਨੇ ਕਾਨੂੰਨ ਵਾਪਸੀ ਹੋ, ਇਹ ਕਿਸਾਨ ਕੀ ਮੰਗ ਹੈ। ਜਿਸ ਤਰੀਕੇ ਜੈਸੇ ਸਰਕਾਰ ਕੀ ਤਰਫ ਸੇ ਬੋਲਾ ਗਿਆ ਜੀ, ਜੇ ਦੇਖੋ ਲਾਲ ਕਿਲੇ ਪੇ ਸੇ ਕਾ ਤੋੜਨੇ ਕੀ ਰਾਜਨੀਤੀ ਕੀ, ਇਹ ਸਿਰਫ ਸਰਕਾਰ ਕੀ ਝੂਠੀ ਅਫਵਾਹ ਹੈ, ਐਸਾ ਕੁਛ ਨਹੀਂ ਹੈ। ਕਿਸਾਨ ਸਰਕਾਰ ਕੇ ਹੀ ਚੁਣਿੰਦਾ ਆਦਮੀ ਥੇ ਵੇ ਜੋ ਥੇ, ਜੋ ਵੀ ਥੇ, ਲਾਲ ਕਿਲੇ ਪੇ ਉਹਨਾਂ ਨੇ ਗੜਬੜ ਕਰੀ ਹੈ। ਕਿਸਾਨ ਨੇ ਕੋਈ ਗੜਬੜ ਨਹੀਂ ਕਰੀ, ਕਿਸਾਨ ਨੇ ਕੋਈ ਗੜਬੜ ਨਹੀਂ ਕਰੀ, ਕਿਸਾਨ ਕੋਈ ਗੜਬੜ ਹੀ ਨਹੀਂ ਕਰ ਸਕਦਾ ਭਾਈ ਸਾਹਿਬ, ਸਿਰਫ MSP ਕੇ ਲਈ ਔਰ ਆਪਣੇ ਤਿੰਨੋਂ ਕਾਨੇ ਕਾਨੂੰਨ ਕੇ ਲਈ ਯਹਾਂ ਪੜਾ ਹੈ। ਜੋ ਯੋਗੀ ਸਰਕਾਰ ਕਿਸਾਨੋਂ ਕੋ ਕਿਸ ਤਰ੍ਹਾਂ ਸੇ ਪਰੇਸ਼ਾਨ ਕਰ ਰਹੀ ਹੈ ਲਗਾ? ਯੋਗੀ ਸਰਕਾਰ ਇਸ ਤਰ੍ਹਾਂ ਸੇ ਪਰੇਸ਼ਾਨ ਕਰ ਰਹੀ ਹੈ, ਜੋ ਯੋਗੀ ਸਰਕਾਰ ਨੇ ਜ਼ਿਲ੍ਹੇ ਵਾਈਜ਼ ਬੈਰੀਕੇਟਿੰਗ ਕਰ ਰੱਖੀ ਹੈ, ਦੂਸਰੇ ਜ਼ਿਲ੍ਹੇ ਕੇ ਦੂਸਰੇ ਜ਼ਿਲ੍ਹੇ ਕੇ ਕਿਸਾਨ ਕੋ ਦੂਸਰੀ ਜਗ੍ਹਾ ਯਹਾਂ ਨਹੀਂ ਆਉਂਦੇ ਰਹੀ, ਗਾਜ਼ੀਪੁਰ ਬਾਰਡਰ ਪਰ ਨਹੀਂ ਆਉਂਦੇ ਰਹੀ ਕੋ ਯੋਗੀ ਸਰਕਾਰ। ਜਿਸ ਦਿਨ ਕੇਸ ਟਕੈਤ ਕੋ ਪੁਲਿਸ ਉਠਾਣੇ ਆਏ ਕਿ ਅਜਾਜ ਰਾਤ ਕੋ ਉਠਾ ਲਏ ਜਾਏਗੇ, ਤਬ ਯੂਪੀ ਮੇ ਕੈਸਾ ਅੰਦੋਲਨ ਚਲਾ? ਕੈਸਾ ਯੂਪੀ ਮੇ ਐਸਾ ਅੰਦੋਲਨ ਚਲਾ ਕਿ ਰਾਤ ਕੋ 9 ਵਜੇ ਪਤਾ ਚਲਾ, ਮੁਜ਼ੱਫਰਨਗਰ ਮੈਂ ਹਮਾਰੇ ਤਰਫ 9 ਵਜੇ ਪਤਾ ਚਲਾ, 9 ਵਜੇ ਸੇ ਲੈ ਕੇ ਹਮ 12-1 ਵਜੇ ਤੱਕ ਰਾਤ ਕੋ ਯਹਾਂ ਆ ਲੀਏ। ਇਤਨਾ ਕਿਸਾਨ ਰਾਤ ਕੋ ਹੋ ਗਿਆ ਕਿ ਕਿਸਾਨ ਡਰ ਗਏ ਯੂਪੀ ਸਰਕਾਰ ਸੇ, ਜਿਸ ਟਾਈਮ ਕਿਸਾਨ ਆਏ ਯੂਪੀ ਸਰਕਾਰ ਡਰ ਗਈ ਔਰ ਆਪਣੀ ਫੋਰਸ ਵਾਪਸ ਕਰ ਲਈ। ਵਾਪਸ ਸਾਹਿਬ ਕੇ ਕਹਿਣੇ ਪਏ ਵਹਾਂ ਕੀ ਲਾਖੋਂ ਕੀ ਜਨਸੰਖਿਆ ਰੁਕੀ ਹੋਈ ਹੈ ਔਰ ਅਭੀ ਵੀ ਬਾਜਣਾ ਮਥੁਰਾ ਕੇ ਜਿਤਨੇ ਵੀ ਕਿਸਾਨ ਹੈ ਵੋ ਵੀ ਸਾਰੇ ਕੇ ਸਾਰੇ ਰੁਕੇ ਹੋਏ ਹੈ। ਜਬ ਰਾਕੇਸ਼ ਟਕੇ ਸਾਹਿਬ ਇਹ ਬੋਲ ਦੇਂਗੇ ਆ ਜਾਓ ਹੁਣ, ਤਭੀ ਆ ਜਾਏਂਗੇ ਸਾਰੇ ਕਿਸਾਨ। ਅਗਰ ਰਾਕੇਸ਼ ਟਕਾ ਤੇ ਇਸ਼ਾਰਾ ਕਰਦੇ ਯੂਪੀ ਕੋ ਤੋ ਕਿਤਨੇ ਕਿਸਾਨ ਆ ਸਕਦੇ? ਇਤਨੇ ਕਿਸਾਨ ਆ ਜਾਏਂਗੇ ਕਿ ਕੋਈ ਥਾਂ ਨਹੀਂ ਹੈ, ਕੋਈ ਗਿਣਨੇ ਚੁਣਨੇ ਵਾਲਾ ਨਹੀਂ, ਸਿਰ ਪੇ ਬਾਲ ਵੀ ਸ਼ਾਇਦ ਕਮ ਰਹਿ ਜਾ। ਸਭ ਸੇ ਬੜਾ ਪ੍ਰਦੇਸ਼ ਹੈ ਯੂਪੀ, ਸਭ ਸੇ ਜ਼ਿਆਦਾ ਜਨਸੰਖਿਆ ਵਾਲਾ ਯੂਪੀ, ਸਭ ਸੇ ਜ਼ਿਆਦਾ ਕਿਸਾਨ ਹੈ ਯੂਪੀ ਮੇ, ਤੋ ਆਪ ਯੂਪੀ ਇਸ ਅੰਦੋਲਨ ਕਾ ਬੜਾ
चेहरा बन के निकलेगा। हाँ क्यों नहीं, यूपी तो बहुत बड़ा बन के आ रहा है, आने वाले टाइम में देखो अगर और थोड़े दिन चल गया तो शायद सरकार ये कहेगी कि ऐसा आंदोलन आज तक हिंदुस्तान में ना हुआ ना होगा। क्या आगे के समय में जो योगी सरकार किसानों पर जो जुल्म ढा रही है इसको सबको सिखाएगा किसान? हाँ सबक सिखाएगा बिल्कुल, अब 24 में जो अभी इलेक्शन आएगा 22 में इसमें झटका देगा ये भाजपा को, बहुत जबरदस्त झटका मिलेगा, झटका मिलेगा। ठीक है जी, ये सीगे यूपी के किसान है जिन्हों गलबात की, अगे अगे भी तुम्हें दिखाने तस्वीर तो चीज देखोगे, झंडे दिखाई देंगे, किसान दिखाई देंगे, बुजुर्ग किसान ने यूपी तो। हाँ जी आप यूपी से हो? कैसा माहौल आप यूपी में? यूपी में बहुत गर्म माहौल है मोदी के खिलाफ। मोदी के खिलाफ क्यों? मोदी हमारी जमीन सूख क्या ले है ये? हाँ जी। नहीं इनकी कुर्सी तो 2.5 साल है, 5 साल है। बिल्कुल। और हमारी तो हमेशा से। हाँ जी। बुजुर्ग सब इस जमीन को हमें छोड़ गए। हाँ जी। ये हमेशा हमारी रहेगी, रहती आई है, रहती आई है। इनकी तो कुर्सी 5 साल रहेगी। हाँ जी। और इस पे एनएसपी पे कानून बना में इसे कानून हाँ। तो यूपी में बहुत एरिया जहाँ पे एमएसपी नहीं मिलती, नहीं मिलती, बिल्कुल नहीं मिलती। हमारा 2-2 साल में पेमेंट नहीं हो रहा गन्ने का, बहुत परेशान है हम। और हमें मोदी जी पे यू उम्मीद नहीं ही, जो भाई ऐसा करेंगे। देखो ये तो अंग्रेजों से भी ज्यादा मतलब वो हो रहा हमारे साथ में अत्याचार। हाँ और हम तो सहेंगे, तैयार है। अब हम यहाँ खड़े, मोदी जी अपनी फोर्स भेज दो, हमारे गोली मार दो, हमें तो मरना ही है। पानी बंद कर दिया गया बॉर्डर का, बिजली बंद कर दी गई, पानी बंद कर दिया गया पूर्वी उत्तर प्रदेश में, सारे किसान रोक रखे, सब जगह रोक रखे, किसी नहीं हम दे रहे किसान की आवाज दबाने को, किसान की आवाज दबाने को बिल्कुल हर तरीके अपना रहे ये भाजपा सरकार, सारे हथकंडे अपना रही है। पर हमें तो भैया वहाँ भी मरना है, अभी मरना, हम जाएंगे नहीं, जाएंगे नहीं, कतई नहीं जाएंगे। राकेश टकैत के साथ है पूरा यूपी, पूरा यूपी, पूरा हिंदुस्तान। राकेश टकैत का ऐसे हम बात करते हैं कि राकेश टकैत पंजाब से, हम राकेश टकैत का ऐसे लीडर बन गए हैं जिनको पूरा पंजाब अब मान रहा है। बिल्कुल मान रहा हूँ, तो है ही लीडर अब बहुत ज्यादा, इस सरकार ने लीडर बना दिया। और बड़े भैया शेर है डराना। हाँ जी भैया शेर है डराना, 1500 पुलिस फिर भी ना डरा, फिर भी ना डरा, ना डरा तब भी ऐसे, वो तो है ही राजा इस टाइम। राकेश टकैत के आंसू को कैसे देखते हो, जब उनके आंखों से आंसू निकले वो भावुक हुए, उनको क्या देखते हो? भैया जब आदमी के जी पर जोर पड़े तो आंखों से आंसू निकली जाए, निकली जाए है। जब एक आदमी तुम दबाते रहो तो कब तक दबेगा? उनके आंसुओं के बाद कैसा जंस, उनके 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 आंसुओं के बाद कैसा जनसलाब आया? जनसलाब भैया देख लो, यहाँ तो 2 साल की छोरी है, 20 साल पिछले जाके ब्याह करने इतने यही है, नहीं हटते हट जाओ ना, हटते चार जनसलाब वही तो है, यूपी में आने वाले समय में कितने किसान और आ सकते हैं? किसान तो यू समझो के सभी, पूरा ही किसान, पूरा ही किसान सब साल। कितनी रोक टोक करी रखी है योगी सरकार ने वहाँ किसानों को आने पे, यहाँ आना है पर रोक तलाशी है, यो है कि जो ट्रॉली ट्रैक्टर आ रहे हैं खाने का सब रोक रहे हैं, देख रहे हैं क्या है क्या नहीं, क्या है क्या है। अने बाकी किसान तो किसान ही है, अरे सब वो ही सैला अभी तो आ जाओ टिकैत के आंसू देख के। और भाई साहब एक मिनट, हाँ जी, कुछ मीडिया वाले ऐसे हैं बिल्कुल हमारी किसान की कोई बात नहीं बता रहे, नहीं बता रहे। हाँ न्यू कह मुट्ठी भरे क्या गुंडागर्दी कर रहे हैं। देखो इस उसमें
कोई एक भी कहीं गुंडागर्दी नहीं हुई, एक भी तो ये टीवी पे दिखा रहे हैं बिल्कुल बिल्कुल जी, तो ये सब भाजपा के आदमी चैनल। हाँ देखो एक गल इतने इन्हों की क्या इन्होंने कि जरा कुछ नैशनल मीडिया के कुछ चैनल है जेडे किसानों होर रूप पेश कर रहे हैं। आ तस्वीर तुम देखो टिकरी बार्डर भी देखा सिंघू बार्डर भी देखा आज गाजीपुर बार्डर किस तरीके शांतमई किसान बैठे है शांतमई अपन मंगा दे अपन हकों के लिए किसान इतने डटे हुए है। यूपी के वड्डी गिनती दे किसान गाजीपुर बार्डर से हुण डटे हुए है। आ तस्वीर लगातार तुहानू दिखा रहे हैं बड़े शांति दे नाल बैठी है। जिहड़ा चैनल तुहानू कहिंदा कि किसान कोई गलत काम कर रहा तां उहते विश्वास ना करो, तुसीं किसानां दी हालत खुद देखो। आ तस्वीर है किते कोई हुल्लड़बाजी नहीं किते कोई अजिहा काम नहीं, हर सूबे का किसान मेरठ तो मेरठ के किसान आए हुए हैं। यूपी हुण वड्डी गिणती दे विच इस मोर्चे का हिस्सा बन रहा है। अगे तस्वीर तुसीं देखो कि किसान अपना रोज़मर्रा का काम कर रहे हैं, रोज़मर्रा की आपकी जिंदगी दी जो भी लोड़ है उन्हां मुताबक अपना रोजाना का काम कर रहे हैं, पर जिहड़ी सरकार दी पाड़ो ते राज करो दी राजनीति आ उह किते ना किते फेल हुंदी दिखाई दे रही है। तुसीं किसानों यूपी के किसानों नाल दिखाया, पंजाब के किसान जिहड़े आए आ उन्हां दिखाया, ये गाजीपुर बार्डर दियां असल तस्वीर हैं। असल तस्वीर तुसीं वध तो वध लोगों तक पहुँचाओ तां जो लोगों के मन जो डर है जो वहम है वह दूर हो सके। तो इस बार्डर के उत्ते जो रकेश टकैत के हंझू डिगे से वह हंझुआ ने जो जन सैलाब लिया वह भी देखा जाए। कैमरा परसन लैमनदीप के नाल मनिंदरजीत सिद्धू गाजीपुर बार्डर दिल्ली।